ਆਹ ਦੇਖ ਲੈ ਮੇਰੇ ਸਾਲੀ ਦੀ ਨੇ ਕਹਿੰਦੀ ਮੈਂ ਬੱਕਰੀ ਰੱਖੂ ਬੱਕਰੀ ਰੱਖੂ, ਆਪ ਤਾਂ ਰੁੱਸ ਕੇ ਗਈ ਨੂੰ ਹੋ ਗਿਆ ਮਹੀਨਾ, ਆਹ ਜਾਨ ਨੂੰ ਸਿਆਪਾ ਮੇਰੀ ਨੂੰ ਛੇੜਤਾ, ਆਹ ਨਿੰਮ ਦੀਆਂ ਨਮੋਲੀਆਂ ਵਾਂਗੂ ਦੇਖ ਮਿੰਗਣਾ ਖੰਡਾਈ ਖੰਡਾਈ ਰੱਖਦੀ ਹੈ, ਦੱਸ ਮੈਂ ਕੀ ਕਰਾਂ ਹੁਣ ਕੀ ਕਰੀਏ, ਸਿਆਪਾ ਹੋ ਗਿਆ ਮੇਰੀ ਜਾਨ ਨੂੰ, ਹੁਣ ਦੱਸ ਕੀ ਨੂੰ ਰੋਵਾਂ ਮੈਂ, ਆਪ ਤਾਂ ਜਾਣਾ 'ਤੇ ਜਾ ਕੇ ਬਹਿ ਗਈ, ਮੁੜ ਕੇ ਸਾਰ ਨਹੀਂ ਲਈ ਵੀ ਕੀ ਹੋ ਰਿਹਾ ਕੀ ਨਾ ਘਰ 'ਚ, ਆਹ ਬਣ ਗਈ ਉਰੇ, ਇਹਦੀ ਤਾਂ ਮੈਨੂੰ ਰਾਂਦ ਕੱਟਣੀ ਪਊਗੀ ਲੌਂਗੋਵਾਲ ਵਾਲੀ ਮੰਡੀ 'ਤੇ, ਚੱਲ ਆ ਜਾ ਕਰਾਂ, ਮੈਥੋਂ ਨਹੀਂ ਪਿੱਟ ਸਿਆਪਾ ਹੁੰਦਾ ਰੋਜ਼ ਦਾ, ਕੌਣ ਕਰੇ ਕਾਮਰਾ ਤਾਂ ਮੈਥੋਂ ਸੁੰਬਰਿਆ ਨਹੀਂ ਜਾਂਦਾ, ਆਹ ਗੰਦ ਮੈਂ ਕਿੱਥੋਂ ਸੁੰਬਰੂੰਗਾ, ਭੱਜਿਆ ਕਰਾਂ, ਤੇਰਾ ਤਾਂ ਨਮੇੜਾ ਕਰਾਂ ਅੱਜ। ਓਹੋ ਅੱਜ ਤਾਂ ਤਿਹਾਏ ਮਰ ਗਏ, ਪਾਣੀ ਨਾ ਧਾਣੀ, ਦੇਖ ਇੱਦੂ ਤਾਂ ਮੈਂ ਥੱਕ ਗਿਆ, ਭੱਜੀ ਜਾਂਦੀ ਹੈ ਦੇਖ, ਕਿੰਨਾ ਚਾਅ ਹੋ ਰਿਹਾ ਅੱਜ ਇਹਨੂੰ, ਕੋਈ ਨਾ ਭੱਜ ਲੈ, ਇੱਦੂ ਬਾਅਦ ਕਿਹੜਾ ਤਾਂ ਘਰੇ ਆਉਣਾ ਮੁੜ ਕੇ, ਬੜੇ ਤਪਾਏ ਬਾਈ, ਤੇਰੇ ਤਾਂ ਰਾਂਦ ਕੱਟ ਕੇ ਆਊਂਗਾ ਮੈਂ ਹੁਣ, ਤੇਰਾ ਤਾਂ ਪੈਂਡਾ ਇੱਕ ਗੱਲ ਹੈ ਚੱਤ ਰਿਹਾ, ਜਿਹਨੂੰ ਘਰੀ ਵੇਚਦਾ ਤਾਂ ਵਧੀਆ ਤੀ, ਲੌਂਗੋਵਾਲ ਵਾਲੀ ਕਿਹੜਾ ਮੰਡੀ ਹੁਣੇ ਆ ਜੂਗੀ, ਥੱਕ ਕੇ ਤਾਂ ਨਾ ਜਮੀ ਲੱਤਾਂ ਵਾਹ ਦੁਖਣ ਲੱਗ ਰਹੀਆਂ ਨੇ, ਉੱਤੋਂ ਧੁੱਪ ਇੰਨੀ ਹੈ, ਛੱਡ ਦੇ ਗੱਲਾਂ, ਲੈ ਆ ਜਾ ਕਰਾਂ। ਤੁਰਲਾ ਤੁਰਲਾ ਕਿਉਂ ਤਪਾਣੀ ਹੈ ਤੁਰਲਾ, ਨਹੀਂ ਆ ਜਾ, ਹੁਣ ਤਾਂ ਥੋੜ੍ਹੀ ਉਹ ਬਾਟ ਰਹਿ ਗਈ, ਬਗਿਆ ਅੱਧ ਰਹਿ ਗਿਆ, ਅੱਧ ਬਾਟ ਕੱਢ ਲਈ ਆਪਾਂ ਨੇ, ਭੱਜਿਆ ਕਰਾਂ, ਐਂ ਨਹੀਂ ਪੈਂਡਾ ਛੱਡਦਾ ਤੇਰਾ, ਕਰੀ ਜਾ ਬੈਂ ਬੈਂ ਜਿਵੇਂ ਕਰਨੀ ਆ ਕਰੀ ਜਾ, ਐਂ ਛੱਡਦਾ ਪੈਂਡਾ ਤੇਰਾ, ਰੋਜ਼ ਇਹ ਦੁੱਖ ਦਿੰਦੀ ਹੈ, ਅੱਜ ਹੋਰ ਦੇ ਲੈ ਜਿੰਨਾ ਕੁ ਦੇਣਾ ਤੈਂ, ਬੈਂ ਦੀ ਲੱਗੀ ਹੈ, ਭੱਜਿਆ ਕਰਾਂ। ਨਹੀਂ ਆ ਜਾ ਸੈਣੀ ਬਣ ਜਾ ਸੈਣੀ, ਹੈ ਦੇਖ ਬੌਲੀ, ਭੱਜਿਆ ਭੱਜਿਆ ਤੁਰ ਲੈ। ਓ ਬਾਈ ਕਿੱਧਰ ਚੱਲੇ ਬੱਕਰੀ ਲੈ ਕੇ? ਓ ਬਾਈ ਲੌਂਗੋਵਾਲ ਵਾਲੀ ਮੰਡੀ ਤੇ ਜਾਣਾ ਵੇਚ ਕੇ ਆਣਾ। ਅੱਛਾ ਯਾਰ ਬੱਕਰੀ ਤਾਂ ਮੈਨੂੰ ਵੀ ਲੋੜ ਤੀ, ਮੈਨੂੰ ਦੇ ਦੇ, ਤੈਂ ਵੇਚਣੀ ਆ ਮੈਂ ਲੈਣੀ ਆ ਮੈਨੂੰ ਦੇ ਦੇ ਚੱਲ ਬੱਕਰੀ ਤੂੰ। ਇਹ ਗੱਲ ਤਾਂ ਬਾਈ ਤੇਰੀ ਸਹੀ ਆ, ਦੇਖ ਹੋਰ ਲੈ ਲੈ ਬਾਈ, ਕਿੱਥੇ ਜਾਏਗਾ, ਪੈਸੇ ਦੇਣੇ ਨੇ ਗੇ ਉੱਥੋਂ ਵੀ ਲੈਣੇ ਨੇ ਤੇਥੋਂ ਵੀ ਲੈਣੇ ਨੇ, ਦੇਖ ਕਿੱਥੇ ਜਾਏਗਾ ਭਾਈ, ਕਰ ਦੋ ਤੂੰ ਐਡੀ ਦੂਰ, ਬਾਈ ਤੂੰ ਲੈ ਲੈ ਬੋਲ, ਦੱਸ ਕੀ ਮੰਗਦੇ ਯਾਰ, ਮੰਗਣ ਮੰਗਾਉਣ ਨੂੰ ਤਾਂ ਕਿੰਨੇ ਕੁ ਮੰਗਣੇ ਨੇ, 15,000 ਰੁਪਏ ਦੇ ਦੇ। ਹੈ 15,000 ਦੀ ਇਹ? ਲੈ ਹੋਰ ਕੀ ਬਾਈ, ਛੋਟੀ ਜੀ ਤਾਂ ਹੈਗੀ ਆ 15,000 ਦੀ, ਵਧੀਆ ਨਸਲ ਦੀ ਆ ਯਾਰ, ਐਂ ਥੋੜੀ ਹੈ, ਤੂੰ ਸਹੀ ਸਹੀ ਦੱਸ ਕੀ ਲੈਣੇ ਬਾਈ, ਦੇਖ ਤਾਂ ਤੂੰ ਯਾਰ ਬੱਕਰੀ ਦੇਖ, ਬੱਕਰੀ ਯਾਰ ਤੇਰੀ 15,000 ਤਾਂ ਨਹੀਂ ਹੈਗੀ, ਉਹ ਚੱਲ ਤੂੰ ਦੱਸ ਦੇ ਬਾਈ ਫਿਰ, ਬੱਕਰੀ ਤੇਰੀ 2,000 ਦੀ ਆ, ਚੱਲ ਤੂੰ 2,500 ਰੁਪਇਆ ਲੈ ਲੈ ਯਾਰ, ਹੈ ਦੇਖ ਪਕਾਈ ਕਰਦਾ, ਉਹ ਕੁਛ ਨਹੀਂ ਹੁੰਦਾ, ਤੂੰ ਆ ਚੱਕ 2,500 ਰੁਪਇਆ, ਉਹ ਤਾਂ ਬੱਕਰੀ ਦੇ ਬੰਦੇ, ਮੈਂ ਤਾਂ ਲੌਂਗੋਵਾਲ ਵਾਲੀ ਮੰਡੀ ਦੀ ਵੇਚਾਂਗਾ, 2,500 ਦੀ ਬੱਕਰੀ ਹੋਇਆ ਕਰਦੀ ਹੈ, 3,000 ਲੈ ਲੈ ਤੂੰ ਚੱਕ, ਲੈ ਹੜ ਬਾਈ ਤੈਨੂੰ 15,000 ਰੁਪਇਆ ਕਹਿ, ਤੂੰ 1,000-2,000 ਰੁਪਇਆ ਘੱਟ ਦੇ ਦੇ ਯਾਰ, ਉਹ ਤੂੰ ਆ ਲੈ 3,000 ਲੈ ਲੈ, ਹੋਰ ਮੈਂ ਕਿਹੜਾ ਕਦੇ ਪੈਸੇ ਦੇਖੇ ਨੇ, ਐਂ ਦਿਖਾਣੇ 15,000 ਤੂੰ, ਲੈਣ ਦੇਣ ਵਾਲੀ ਗੱਲ ਕਰ ਲੈ, ਤੇ ਵੇਚਣੀ ਹੈ ਕੀ ਨਾ ਮੈਨੂੰ ਐਂ ਦੱਸ, ਉਹ ਬਾਈ ਵੇਚਣ ਵਾਸਤੇ ਮੰਡੀ ਲੈ ਕੇ ਜਾਣਾ, ਬੱਕਰੀ ਤਾਂ ਤੇਰੀ ਸੋਹਣੀ ਆ, ਚੱਲ ਤੂੰ ਐਂ ਕਰਦੇ ਆਪਾਂ, ਉਰੇ ਕਬੂੜਾ ਰਹਿੰਦਾ, ਅੱਛਾ ਆਪਾਂ ਉਹਦੇ ਲਈ ਭਗ ਚੱਲਦੇ, ਉਹ ਪੁੱਠੇ ਸਿੱਧੇ ਕੰਮ ਕਰਦਾ ਰਹਿੰਦਾ ਇਹ ਜੀ, ਪੁੱਠੇ ਸਿੱਧੇ ਕਰਦਾ ਰਹਿੰਦਾ, ਹਾਂ ਚੱਲ ਆਪਾਂ ਬੰਦੇ ਦੀ ਰਾਇ ਲੈ ਲੈਣੇ ਵੀ ਕਿੰਨੇ ਕੁ ਦੀ ਹੈ, ਹਾਂ ਆਪਾਂ ਉਸ ਤੋਂ ਪੁੱਛ ਲੈਂਦੇ ਵੀ ਕਿੰਨੇ ਦੀ ਹੈ, ਜਿੰਨੇ ਦੀ ਉਹ ਕਹੂਗਾ ਚੱਲ ਠੀਕ ਹੈ ਆਪਾਂ, ਚੱਲ ਆ ਜਾ ਭਾਈ ਉਹ ਤੋਂ ਵੀ ਪੁੱਛ ਲੈਣੇ, ਉਹਨੇ 'ਚ ਸੌਦਾ ਕਰ ਲਾਂਗੇ, ਕਿੱਥੇ ਹੈ ਭਾਈ ਉਹ, ਆਉਰੀ ਹੈ ਨੇੜੀ ਹੈ ਬਸ, ਚੱਲ ਲੱਗ ਮੂਰੇ ਫਿਰ ਭਾਈ, ਚੱਲ ਆ ਜਾ ਫਿਰ, ਭੱਜਿਆ ਆ ਜਾ, ਕਿਉਂ ਧੱਕਾ ਕਰੀ ਜਾਂਦੀ ਹੈ, ਉਹ ਬਾਈ ਕਿੱਥੇ ਗਿਆ ਯਾਰ, ਤੈਂ ਤਾਂ ਆਰਡਰ ਦਮ ਕੱਢਤਾ, ਓਏ ਆਓ ਬੈਠਿਆ ਯਾਰ, ਬਸ ਉਹ ਆ ਗਿਆ ਲਵੇ, ਹੋਰ ਇੱਕ ਤਾਂ ਉੱਤੋਂ ਧੁੱਪ ਹੋ ਰਹੀ ਹੈ ਨਾ ਪਾਣੀ ਨਾ ਧਾਣੀ, ਓਏ ਤਾਂ ਇਹ ਹੋ ਗਿਆ ਵੀ ਚੱਲ ਤੂੰ ਕਿੱਥੇ ਜਾਏਂਗਾ, ਲੌਂਗੋਵਾਲ ਪਕਾਈ ਕਰਦਾ, ਮੈਂ ਕਿੱਥੇ ਜਾਊਂਗਾ, ਤੈਂ ਵੇਚਣੀ ਦੀ ਬੱਕਰੀ ਮੈਂ ਲੈਣੀ ਹੈ ਬੱਕਰੀ, ਉਹ ਇੰਨਾ ਟਾਈਮ ਤਾਂ ਮੈਂ ਲੌਂਗੋਵਾਲ ਵਗ ਜਾਂਦਾ 15 ਜਿੰਨਾ ਟਾਈਮ ਤੈਨੂੰ ਲਵਾਤਾ, ਤੈਨੂੰ ਦੇਣ ਤਾਂ ਲੱਗ ਰਿਹਾ ਜੀ ਮੈਂ 3,000 ਰੁਪਏ, ਤੂੰ ਕਿਹੜਾ ਮੰਨਦਾ ਹੈ, ਆਹੋ ਫ੍ਰੀ ਦੀ ਥੋੜੀ ਹੈ ਇਹ, ਫ੍ਰੀ ਕਦੋਂ ਲੈ ਰਿਹਾ, 3,000 ਰੁਪਏ ਦੇ ਰਿਹਾ ਤੈਨੂੰ, ਕੀ ਬਣਦਾ ਬੋਲੇ ਬੰਦੇ, ਬੱਕਰੀ ਤੇਰੀ ਇਹ 2,000 ਤੋਂ ਵੱਧ ਨਹੀਂ ਹੈਗੀ, ਉਹ ਕੋਈ ਨਾ ਚੱਲ ਸਿਆਣੇ ਬੰਦੇ ਦੀ ਰਾਇ ਲੈ ਲੈਣੇ ਕਿੰਨੇ ਦੀ ਹੈ, ਚੱਲ ਫਿਰ ਆ ਜਾਓ ਬੈਠੇ ਆ ਜਾ, ਚੱਲ ਕੇ ਲੈ ਆ ਗਿਆ, ਆ ਬੈਠੇ ਬੁੜਾ, ਓਏ ਆ ਜਾ ਬਤੰਦਰਾ ਤੇ ਤਾਂ ਉਹੀ ਤਕਾ ਤੇ, ਓਏ ਹੋਰ ਵੀ ਤਾਇਆ ਠੀਕ ਹੈ ਭਾਈ ਮੁੰਡਿਆ, ਉਹ ਪਹਿਲਾਂ ਤਾਂ ਭਾਈ ਐਂ ਦੱਸ ਆ ਬੁੜਾ ਕਿਹੜੇ ਪਾਸੋਂ ਇਹ, ਇਹ ਤਾਂ ਮਸ਼ਹੂਰ ਮੁੰਡਾ ਲੱਗਦਾ ਮੈਨੂੰ, ਉਹ ਹੈ ਤਾਂ ਬੁੜਾ ਹੀ ਹੈ ਇਹ, ਮੂੰਹ ਕਾਲਾ ਕਰਕੇ ਰੱਖਦੇ, ਕਲਫ ਕਰਕੇ ਰੱਖਦੇ ਦਾੜੀ ਤੇ, ਅੱਛਾ ਅੱਛਾ ਕਈਆਂ ਦੇ ਸ਼ੌਂਕ ਕੀ ਖੁਸਰ ਪੁਸਰ ਕਰੀ ਜਾਂਦੇ ਹੋ ਆਪਸ ਮੇ, ਮੈਨੂੰ ਵੀ ਦੱਸ, ਓਏ ਉਹ ਤਾਂ ਕੁਛ ਨਹੀਂ ਤਾਇਆ, ਇਹ ਜਾਂਦਾ ਤੀ ਲੌਂਗੋਵਾਲ ਬੱਕਰੀ ਵੇਚਣ, ਰਸਤੇ 'ਚ ਮੈਨੂੰ ਮਿਲ ਗਿਆ,
ਮਾ ਚੱਲ ਮੈਂ ਬੱਕਰੀ ਲੈਣੀ ਇਹਨੇ ਵੇਚਣੀ ਦੀ ਸਾਡਾ ਨੀ ਹੋਣਾ ਸੌਦਾ ਅਸੀਂ ਤਾਂ ਤੇਰੇ ਲਈ ਆ ਗਏ ਵੀ ਚੱਲ ਸਾਡਾ ਸੌਦਾ ਕਰਵਾ ਦੇ ਦੇਖ ਭਾਈ ਸੌਦਾ ਤਾਂ ਮੈਂ ਕਰਵਾ ਦੂੰਗਾ ਪਰ ਜੇ ਦੋਏ ਮੇਰੀ ਮੰਨੋਗੇ ਤਾਂ ਕਿਤੇ ਮੈਂ ਉਈ ਭੌਂਕੇ ਰਹਿ ਜਾ ਨਾ ਮੇਰੀ ਕੋਈ ਸੁਣੋ ਨਾ ਕਰੋ ਉਹ ਭਾਈ ਤੂੰ ਸਿਆਣਾ ਬੰਦਾ ਤੇਰੀ ਮੰਨਾਂਗੇ ਮੰਨਾਂਗਾ ਕਿਉਂ ਨੀਗਾ ਤੂੰ ਸਿਆਣੀ ਉਹ ਗੱਲ ਕਰੇਗਾ ਹੁਣ ਇਸੇ ਕਰਕੇ ਆਏ ਆ ਤੇਰੇ ਲਈ ਫਿਰ ਅਸੀਂ ਲੈ ਹੁਣ ਦੋਏ ਮੰਨ ਲਓਗੇ ਹਾਂ ਮੈਨੂੰ ਤਾਂ ਭਾਈ ਮੁੱਕਰੀ ਹੋਣਾ ਗੱਲ ਤੋਂ ਦੇਖਾ ਨਾ ਮੈਨੂੰ ਮਨਜ਼ੂਰ ਹੈ ਤੂੰ ਦੱਸ ਭਾਈ ਉਹ ਭਾਈ ਮੰਨ ਲਾਂਗੇ ਜਾਂ ਸਿਆਣਾ ਬੰਦਾ ਜਿਹੜੀ ਗੱਲ ਕਹੂਗਾ ਹਾਂ ਮੰਨ ਹਾਂ ਹੁਣ ਦੱਸੋ ਗੱਲ ਇਹ ਹੈ ਜੀ ਇਹਨੇ ਮੈਨੂੰ ਪੁੱਛਿਆ ਰੇਟ ਵੀ ਕਿੰਨੇ ਦੀ ਹੈ ਮੈਂ ਵੀ 15,000 ਰੁਪਇਆ ਲਊਂਗਾ ਮੈਂ ਠੀਕ ਹੈ ਇਹ ਕਹਿੰਦਾ 3,000 ਦਊਂਗਾ ਮੈਂ ਮਹਾਂ ਯਾਰ ਅੱਧ ਨਾ ਪਚੱਧ ਕਮਾਲ ਕਰਦਾ ਤੂੰ ਜਮੀ ਦੇਖ ਹੁਣ ਮੈਂ ਦੱਸਾਂ ਫਿਰ ਸਹੀ ਮਾਲ ਮੁੱਲੇ ਦਾ ਫਿਰ ਮੇਰੀ ਮੰਨ ਲਓਗੇ ਹਾਂ ਹਾਂ ਮਨਜ਼ੂਰ ਹੈ ਸਾਨੂੰ ਤੂੰ ਦੱਸ ਦੇ ਭਾਈ ਗੱਲ ਸੁਣੋ ਜਿੰਨੇ ਕਹੂੰਗਾ ਦੇਖ ਤੈਨੂੰ ਉਹਨੇ ਪੈਸੇ ਦੇਣੇ ਪੈਣਗੇ ਠੀਕ ਤੈਨੂੰ ਭਾਈ ਫੜਨੇ ਪੈਣਗੇ ਮੰਨਣੀ ਪਊ ਕੋਈ ਨਾ ਭਾਈ ਮੰਨ ਲਓ ਮੇਰੇ ਹਿਸਾਬ ਨਾਲ ਤਾਂ ਇਹ 5,000 ਦੀ ਲੱਗਦੀ ਹੈ ਊਂ ਚੱਲ ਤੈਂ ਹੁਣ ਕਹਿ ਤਾ ਤਾਇਆ 5,000 ਊਂ ਹੈ ਨਹੀਂ 5,000 ਦੀ ਪਰ ਜਵਾਨ ਕਰੀ ਹੋਈ ਹੈ ਮੰਨਣੀ ਪਊ ਉਹੀ ਲੱਗਿਆ ਗੱਲ ਕਰਨਾ ਨਾ ਮੈਂ ਤਾਂ ਦੰਨਾ ਨਾਲੇ ਫਲਾਣਾ ਚੱਲ ਭਾਈ ਜਿਵੇਂ ਤੈ ਕਰਤੀ ਉਵੇਂ ਠੀਕ ਮੈਂ ਤਾਂ ਦੰਨਾ 5,000 ਊਂ ਹੈ ਨਹੀਂ ਯਾਰ ਤੇਰੀ ਬੱਕਰੀ ਹੈ 5,000 ਦੀ ਉਹ ਭਾਈ ਤੂੰ ਹੀ ਤਾਂ ਆਪ ਇਹਦੇ ਕੋਲ ਲੈ ਆ ਹੁਣ ਤੂੰ ਵਿਸ਼ਵਾਸ ਨਹੀਂ ਕਰਦਾ ਇਹ ਤੇ ਦੱਸ ਆ ਲੈ 4,500 ਆ 5,000 ਗੱਲ ਤਾਂ ਮੈਂ ਬਣਾ ਤੀ ਕਹਿੰਦਾ ਬਣ ਗਈ ਗੱਲ ਤੂੰ ਤਾਂ ਮੁਰਗੀ ਘੇਰ ਕੀ ਲਿਆਈ ਤੀ ਵੱਡੀ ਤਾਂ ਮੈਂ ਵਧੀਆ ਵਿਕ ਜੂਗੀ 15-15 ਦੇ ਲਵੇ ਤਾਂ ਹੋਰ 15 ਤੋਂ ਘੱਟ ਥੋੜੀ ਹੈ 10,000 ਦਾ ਨਫਾ ਹੋ ਗਿਆ ਇੱਕ ਦਿਨ ਚ ਆਪਾਂ ਨੂੰ ਗੱਲ ਸੁਣਾ ਜੇ 15 ਨੀ 10 ਵੀ ਵਟਿਆ ਤਾਂ ਵੀ ਦੁੱਗਣੇ ਦਾ ਹੋ ਗਿਆ ਆਪਣੇ ਹਾਂ ਫਿਰ ਵੀ 5,000 ਦਾ ਹੋ ਗਿਆ ਜੇ ਇਹੋ ਜਿਹੇ ਮੁਰਗੇ ਰੋਜ਼ ਫਸਦੇ ਰਹਿਣ ਆਪਾਂ ਤਾਂ ਨਾਲੇ ਕਾਹਦਾ ਘੱਟ ਹੈ ਹੁਣ ਗੱਲ ਸੁਣ ਮੇਰੀ ਧਿਆਨ ਨਾਲ ਜਿਵੇਂ ਸਿਆਣੇ ਕਹਿੰਦੇ ਉਹਨੂੰ ਜ਼ਿਆਦਾ ਮੂੰਹ ਢੱਡੇ ਤੋਂ ਮੱਖੀਆਂ ਪੈਂਦੀਆਂ ਨੇ ਹੁਣ ਇੱਕ ਠੱਗੀ ਮਾਰ ਲਈ ਖਿਸਕ ਲੈ ਆਇਆ ਦੂਸਰਾ ਅੰਮ੍ਰਿਤ ਉਹ ਕੋਈ ਨਾ ਘਰੇ ਨਾ ਹੋਵੇ ਮਣ ਕਰੇ ਆਪਣੇ ਕਿਹੜਾ ਕੋਈ ਜਿਵੇਂ ਕਹਿੰਦੇ ਰਾਨਣੀ ਕਾਨਣੀ ਹੈਗੀ ਆਪਣੇ ਰੋਟੀ ਨਹੀਂ ਲੱਗ ਰਿਹਾ ਹੋਵੇ ਪਕਾਉਣ ਚੱਲ ਆ ਜਾ ਚੱਲ ਜੀਏ ਬਾਪੂ ਫਿਰ ਖਾਵਾਂਗੇ ਰੋਟੀ ਰੋਟੀ ਅੱਜ ਦਾ ਹੋ ਗਿਆ ਆਪਣਾ ਜੰਗਾੜ ਵਧੀਆ ਫਸ ਗਿਆ ਮੁਰਗਾ ਆ ਕੰਨ ਜਿਹਾ ਫੜ ਕੇ ਲਿਆ ਰਹਿੰਦੀ ਉਹ ਆ ਜਾ ਤੂੰ ਫੜ ਲੈ ਕੰਨ ਕੀ ਜ਼ੋਰ ਲੱਗਦਾ ਆ ਜਾ ਹੁਣ ਤੁਰ ਪੈ ਇਹ ਵੀ ਪਸੰਦ ਹੀ ਹੈ ਪੈਰ ਜੇ ਉਹ ਬਾਪੂ ਏ ਉਹ ਦੇਖ ਕੀ ਦੇਖਾਂ ਆਪਣਾ ਬਾਰ ਤਾਂ ਖੁੱਲ੍ਹਾ ਪਿਆ ਉਹ ਬਾਰ ਜੇ ਹੁਣ ਕਿਸੇ ਨੇ ਖੋਲ੍ਹਿਆ ਨਾ ਫੇਰੇ ਖੁੱਲੂਗਾ ਵਡੇਰੂ ਆ ਰਿਹਾ ਹੋਣਾ ਵਡੇਰੂ ਤਾਂ ਤੂੰ ਹੈ ਸਾਡੇ 'ਚ ਤੈਨੂੰ ਬੋਲਣ ਦੀ ਅਕਲ ਹੈਗੀ ਆ ਮੂਹਰੇ ਬੋਲਦਾ ਲੈ ਗੱਲ ਸੁਣ ਮੇਰੀ ਹਾਂ ਉਹ ਆ ਰਿਹਾ ਹੋਣਾ ਆਪਣੇ ਤਿੰਨਾਂ ਤੋਂ ਬਿਨਾਂ ਚਾਬੀ ਦਾ ਕਿਹਨੂੰ ਪਤਾ ਹੁੰਦਾ ਲੈ ਬਾਪੂ ਤੂੰ ਉਹਨੂੰ ਕੁਛ ਨਹੀਂ ਕਹਿੰਦਾ ਦੇਖ ਲੈ ਆਪਾਂ ਤੂੰ ਪੁੱਛ ਮਰਦੇ ਫਿਰਦੇ ਹਾਂ ਟੌਰ ਨਾਲ ਪਿਆ ਹੋਊਗਾ ਫਿਰ ਤੇਰੇ ਕਿਹੜਾ ਮੈਂ ਰੋਜ਼ ਡਾਂਗ ਫੇਰਦਾ ਫਿਰ ਕੀ ਹੋ ਗਿਆ ਕਿਸੇ ਨੇ ਘੱਟ ਕਰ ਲਿਆ ਕਿਸੇ ਨੇ ਵੱਧ ਕਰ ਲਿਆ ਕੰਮ ਨਾ ਫਰਕ ਪੈਂਦਾ ਤੂੰ ਕਹੀਂ ਉਹਨੂੰ ਵੀ ਬਰਾਬਰ ਕੰਮ ਕਰਿਆ ਕੰਮ ਵਾਲੀ ਤਾਂ ਕੀ ਗੱਲ ਹੈ ਆਪਾਂ ਨੇ ਤਾਂ ਮਾਰਨੀ ਤਾਂ ਠੱਗੀਆਂ ਨੇ ਕਿਹੜੇ ਕਰਦੇ ਆ ਕੰਮ ਆ ਜਾ ਲੈ ਦੇਖ ਲਿਆ ਪਿਆ ਟੌਰ ਨਾਲ ਉਹ ਫਿਰ ਠੱਗੀ ਪਹਿਲਾਂ ਮਾਰ ਕੇ ਆ ਗਿਆ ਫਿਰ ਕੀ ਹੋ ਗਿਆ ਆ ਗਏ ਬਾਪੂ ਤੁਸੀਂ ਹਾਂ ਕਿਉਂ ਮਾਰੀ ਕੋਈ ਠੱਗੀ ਠੁੱਗੀ ਉਹ ਕਾਹਨੂੰ ਮਾਰੀ ਬਾਪੂ ਕੋਈ ਠੱਗੀ ਮੈਂ ਤਾਂ ਕੋਈ ਮਿਲੀ ਨਹੀਂ ਹੈਗਾ ਇੱਕ ਦੁਪਹਿਰਾ ਹੋ ਰਿਹਾ ਸੀ ਇੰਨਾ ਕੋਈ ਬਾਰ ਬੂਰ ਖੋਲਦਾ ਨਹੀਂ ਮੈਂ ਚੱਲ ਕਿਸੇ ਦੇ ਘਰੇ ਜਾਈਏ ਆਉਂਦੀ ਅਸੀਂ ਤਾਂ ਦੁਪਹਿਰੇ ਦੇ ਹੀ ਰਹਿੰਦੇ ਦੇਖ ਲੈ ਪੈ ਗਿਆ ਆਪਾਂ ਕਿਵੇਂ ਕਰ ਲਿਆ ਇਹ ਕੰਮ ਇਹ ਧੁੱਪ ਤੋਂ ਬਹੁਤ ਚੱਲਦਾ ਸੱਚ ਬਾਈ ਆਹ ਦੇਖ ਲਿਆ ਇਸ ਤਰ੍ਹਾਂ ਕਰ ਲਿਆ ਜੰਗਾੜ ਕਿਉਂ ਬਾਪੂ ਹਾਂ ਫਿਰ ਤੁਸੀਂ ਤਾਂ ਪੈਸੇ ਖਾਸੇ ਲਾ ਕੇ ਆਏ ਹੋਵੋਗੇ ਮੈਨੂੰ ਲੱਗਦਾ ਉਹ ਖਾਸੇ ਖੂਸੇ ਕਾਹਨੂੰ ਲੈ ਕੇ ਆਏ ਅਸੀਂ ਤਾਂ ਬਸ ਤੂੰ ਐਂ ਸਮਝ ਲੈ ਫ੍ਰੀ ਮੰਗੂ ਹੀ ਆ ਗਿਆ ਆਹੋ ਦੇਣ ਲੱਗ ਰਿਹਾ ਅਗਲਾ ਫ੍ਰੀ ਸੁਣ ਲੈ ਗੱਲ ਨਾਲੇ ਤਾਂ ਠੱਗੀ ਮਾਰੀ ਨਾਲੇ ਪਤਾ ਨਹੀਂ ਲੱਗਣ ਤਾਂ ਵੀ ਠੱਗੀ ਮਾਰੀ ਹੈ ਇਹ ਕੀ ਗੱਲ ਇਹ ਲੱਗ ਰਹੇ ਤੇ ਉਲਝਣ ਬੱਕਰੀ ਵਾਲੇ ਨਾਲ ਉਹ 15,000 ਮੰਗਦਾ ਸੀ ਇਹ 2,000 ਲਾਉਂਦਾ ਸੀ ਹਾਂ ਇਹਨੇ ਫਿਰ ਲਾਇਆ ਦਿਮਾਗ ਕਹਿੰਦਾ ਚੱਲ ਮੇਰੇ ਤਾਏ ਉੱਥੇ ਚੱਲ ਕਹਿੰਦਾ ਬੁੜਾ ਬੈਠਾ ਹੁੰਦਾ ਆ ਗਿਆ ਫਿਰ ਮੈਨੂੰ ਨੇ ਤਾਇਆ ਕਹਿਤਾ ਕਹਿੰਦਾ ਤਾਇਆ ਫਿਰ ਕੱਪੜ ਆਪਣੇ ਕਰਤਾ ਗੰਡ ਹੁਣ ਫਿਰ ਲਿਆਂਦੀ ਕਹਿੰਦੇ ਜਾਹੇ ਹੈ ਉਹ ਇਹ ਤਾਂ 5,000 ਚ ਲਿਆਂਦੀ ਹੈ ਉਹ ਤਾਂ ਪਹਿਲੀ ਦੱਸਦਾ ਹੀ ਤੂੰ ਆਪਾਂ ਇਸ ਤੋਂ ਪੁੱਛਦੇ ਉਹ ਚੱਲ ਫਿਰ ਹੁਣ ਹੋਰ ਕਰਦਾ ਕਿੰਨੇ ਕੁ ਦੀ ਹੋਊਗੀ ਇਹ ਉਹ ਹੈਗੀ ਆ 10-12,000 ਦੀ ਤਾਂ 5,000 ਰੁਪਏ ਦਿੱਤੇ ਉਹਨੂੰ ਫਿਰ ਵਾਹ ਬਾਪੂ ਨਾਲ ਤਾਂ ਠੱਗੀ ਮਾਰੀ ਨਾਲੇ ਪਤਾ ਨਹੀਂ ਲੱਗਣ ਵੀ ਠੱਗੀ ਮਾਰੀ ਫਸ ਗਿਆ ਅੱਜ ਪੌਂਦੂ ਜਾ ਹੁਣ ਤਾਂ ਚਲਾਕ ਹੁੰਦਾ ਤੀ ਆਪਦੇ ਆਪ ਨੂੰ ਤੈਨੂੰ ਪਤਾ ਆਪਾਂ ਫਿਰ ਤੈਨੂੰ ਪਤਾ ਤੁਹਾਡੇ ਬਾਪੂ ਲਵੇ ਜਦੋਂ ਕਿਹੜਾ ਮੁਰਗਾ ਆ ਜਾਏ ਫਿਰ ਨਹੀਂ ਆਇਆ ਜਾਂਦਾ ਸੁੱਕੇ ਤੂੰ ਫਿਰ ਤਾਂ ਲੈ ਫਿਰ ਹੁਣ ਤੂੰ ਐਂ ਕਰ ਰੋਟੀ ਪਾਣੀ ਬਣਾ ਮੈਂ ਹਾਂ ਬਣਾ ਲਿਆ ਰੋਟੀ ਪਾਣੀ ਬਾਪੂ ਉਹ ਤਾਂ ਪਰ ਪੁੱਤ ਹੁਣ ਕਰਨਾ ਤਾਂ ਬਹੁਆ ਅਸੀਂ ਵੀ ਥੱਕ ਕੇ ਆਏ ਹਾਂ ਅਸੀਂ ਕਿਤੋਂ ਜੰਗਾੜ ਬਣਾ ਲੈਂਦੇ ਰੋਟੀ ਪਾਣੀ ਦਾ ਹੈ ਅਸੀਂ ਬਣਾ ਲੈਂਦੇ ਕਿਤੋਂ
ਜਦੋਂ ਐਡੇ ਐਡੇ ਸੰਦ ਖਰੀਦ ਸਕਦੇ ਹੋ ਤੁਸੀਂ, ਰੋਟੀ ਨਹੀਂ ਖਾ ਸਕਦੇ? ਉਹ ਤੈਨੂੰ ਕੰਜਰਾ ਕਿਹੜੇ ਪਾਸੋਂ ਸੰਦ ਲੱਗਦਾ, ਬੱਕਰੀ ਹੈ ਇਹ ਤਾਂ, ਮੈਨੂੰ ਲੱਗਦਾ ਹਿੱਲ ਗਿਆ, ਇਹ ਨਹੀਂ ਗਰਮੀ ਚੱਲਦਾ ਨਾ, ਇਹਨੂੰ ਤੂੰ ਕਹੇ ਹੁਣ ਰੋਟੀ ਬਣਾਉ, ਫਿਰ ਰੋਟੀ ਵੀ ਨਹੀਂ ਬਣਦੀ, ਰੋਟੀ ਕਹੇ ਬਣਾਉ, ਹੈ ਬਣਦੀ ਨਹੀਂ ਰੋਟੀ, ਬਣਦੀ ਨਹੀਂ, ਫਿਰ ਮੇਰੇ ਸਾਰੇ ਭੁੱਖੇ ਪੈ ਜਾਓ, ਹੋਰ ਕੀ ਇਲਾਜ ਹੈ ਫਿਰ, ਹੁਣ ਬਣਦੀ ਮੇਥੋਂ ਵੀ ਨਹੀਂ, ਹੁਣ ਤੱਕ ਵੀ ਨਹੀਂ ਬਣਦੀ ਫਿਰ, ਹੈ ਆਪਾਂ ਤੋਂ ਵੀ ਨਹੀਂ ਬਣਦੀ, ਕੋਈ ਨਾ ਜਿਹਨੂੰ ਪਹਿਲਾਂ ਭੁੱਖ ਲੱਗੂ ਆਪੇ ਬਣਾ ਲੂ, ਚਲੋ ਹਾਂ ਹਾਂ ਬਾਪੂ, ਮੈਂ ਤਾਂ ਪਹਿਲੀ ਇਹਨੂੰ ਸੰਦ ਕਹੀਆਂ, ਮੈਂ ਤਾਂ ਹੀ ਤਾਂ ਉਹ ਬਈ ਚਤਰੇ ਕਿੱਧਰੋਂ ਆਏ ਇੰਨੇ ਦੁਪਹਿਰੇ? ਉਹ ਬਾਈ ਪੁੱਛ ਨਾ, ਮੈਂ ਤਾਂ ਬੱਕਰੀ ਵੇਚਣ ਜਾਂਦਾ ਸੀ ਲੌਂਗੋਵਾਲ ਵਾਲੀ ਮੰਡੀ ਤੇ। ਅੱਛਾ, ਉਹ ਮੈਨੂੰ ਤਾਂ ਪਤੰਦਰ ਰਸਤੇ 'ਚ ਮਿਲ ਗਿਆ, ਮੈਂ ਤਾਂ ਰਾਹ 'ਚ ਵੇਚ ਆਇਆ। ਵੇਚ ਆਇਆ? ਹੋਰ ਆ ਉਹ ਪਤੰਦਰਾ, ਬੱਕਰੀ ਦੀ ਤਾਂ ਮੈਨੂੰ ਲੋੜ ਤੀ, ਤੂੰ ਮੈਨੂੰ ਵੇਚ ਦਿੰਦਾ, ਕਿੰਨੇ ਦੀ ਵੇਚੀ ਫਿਰ? ਉਹ ਮੈਂ ਤਾਂ 5,000 ਦੀ ਵੇਚਿਆ ਆ। ਉਹ ਪਤੰਦਰਾ ਬੱਕਰੀ ਤਾਂ ਤੇਰੀ 15,000 ਦੀ ਸੀ, 5,000 ਚ ਇਹੋ ਜਿਹਾ ਤੈਨੂੰ ਕੌਣ ਮਿਲ ਗਿਆ? ਲੈ ਕਮਾਲ ਹੈ ਯਾਰ, 5,000 ਦੀ ਥੋੜ੍ਹੀ ਹੁੰਦੀ ਹੈ ਯਾਰ ਬੱਕਰੀ। ਕਮਾਲ ਹੈ ਤੇਰੀ ਬੱਕਰੀ 15,000 ਦੀ ਸੀ, ਤੈਨੂੰ ਤਾਂ ਠੱਗ ਲਿਆ, ਕੌਣ ਤੀ? ਉਹ 15,000 ਦੀ ਤੀ ਬੱਕਰੀ ਮੇਰੀ। ਹੋਰ ਕਮਾਲ ਹੈ ਯਾਰ, ਲੈ ਮੈਂ ਤਾਂ 5,000 ਚ ਦੇ ਆਇਆ ਯਾਰ। ਉਹ ਦੇ ਕੇ ਕਿਹਨੂੰ ਆਇਆ ਤਾਂ ਦੱਸ ਦੇ। ਉਹ ਇੱਕ ਰਸਤੇ 'ਚ ਮਿਲ ਗਿਆ ਯਾਰ, ਪੱਕੇ ਜਿਹੇ ਰੰਗ ਦਾ ਤੀਆ। ਅੱਛਾ, ਮੈਨੂੰ ਬੱਕਰੀ ਦੇ, 3,000 ਹੀ ਲਾਉਂਦੀ ਹਜੇ ਤਾਂ ਉਹ। ਇੱਕ ਸਿਆਣੇ ਜਿਹੇ ਬੁੜੇ ਕੋਲ ਲੈ ਗਿਆ, ਲੈ ਕਹਿੰਦਾ ਆਪਾਂ ਸਿਆਣੇ ਬੁੜੇ ਤੋਂ ਰੇਟ ਕਰਾ ਲੈਂਦੇ ਹਾਂ। ਮੈਂ ਚੱਲ ਕੋਈ ਨਾ ਭਾਈ, ਇਹ ਤੋਂ ਕਰਾ ਲੈ। ਉਹਨੇ ਪਤੰਦਰ ਨੇ 5,000 ਕਹਿਤਾ। ਓਏ ਅੱਛਾ, ਸਮਝ ਗਿਆ ਮੈਂ, ਉਹ ਪਤੰਦਰਾ ਤੂੰ ਤਾਂ ਠੱਗ ਲਿਆ, ਉਹਦਾ ਠੱਗ ਨੇ ਸਿਰੇ ਦੇ। ਅੱਛਾ ਹਾਂ, ਉਹਦਾ ਮੰਨੇ ਹੋਏ ਠੱਗ ਨੇ, ਦੋ ਤਾਂ ਮੁੰਡੇ ਨੇ ਉਹਦੇ, ਇੱਕ ਆਪ ਹੈ ਉਹਨਾਂ ਦਾ ਬੁੜਾ, ਉਹ ਬੁੜੇ ਨੂੰ ਬਿਠਾਇਆ ਜਾਂਦੇ ਨੇ, ਆਪ ਵਗ ਜਾਂਦੇ ਨੇ ਪਿੰਡ 'ਚ ਸਕਿਆਰ ਲੱਭਣ। ਯਾਰ ਬੜੀ ਮਾੜੀ ਕਰੀ ਤਾਂ ਫਿਰ। ਹੋਰ ਤੂੰ ਤਾਂ ਠੱਗ ਲਿਆ, ਠੱਗਿਆ ਗਿਆ ਤੂੰ ਤਾਂ। ਉਹੀ ਕੰਮ ਕਹਿੰਦੇ ਹੁੰਦੇ ਨੇ ਜਿਵੇਂ ਕੱਟੀਆਂ ਦੇ ਕਦੇ ਬੱਚੀਆਂ ਦੇ, ਹਨਾ। ਪਤੰਦਰਾ ਏਦੂ ਚੰਗਾ ਤਾਂ ਤੂੰ ਮੈਨੂੰ ਦੇ ਦਿੰਦਾ, ਦੇਖ ਮੈਂ ਤੈਨੂੰ ਸਾਵੇਂ 15,000 ਦਿੰਦਾ। ਓਹੋ, ਹੁਣ ਮੈਨੂੰ ਕਿਹੜਾ ਪਤਾ ਦੀ ਵੀ ਤੈਂ ਬੱਕਰੀ ਲੈਣੀ ਹੈ? ਉਹ ਚੱਲ ਕੋਈ ਨਾ, ਹੁਣ ਐਡੀ ਦੂਰ ਭਗਾਈ ਕਰਨ ਥੋੜ੍ਹੀ ਜਾਂਦਾ ਸੀ ਫਿਰ ਮੈਂ, ਜੇ ਮੈਨੂੰ ਪਤਾ ਹੁੰਦਾ ਵੀ ਤੈਂ ਬੱਕਰੀ ਲੈਣੀ ਹੈ। ਚੱਲ ਕੋਈ ਨਾ, ਹੁਣ ਤਾਂ ਕੋਈ ਚੱਕਰ ਨਹੀਂ। ਚੰਗਾ ਬਾਈ, ਕਰਦਾ ਕਿਉਂ ਨਹੀਂ, ਕਰਦੇ ਹਾਂ ਕੋਈ। ਮੇਰਾ ਕੋਈ ਨਹੀਂ ਰਿਹਾ, ਹੁਣ ਮੈਂ ਕਿੱਥੇ ਜਾਊਂਗੀ? ਨਾ ਮੇਰਾ ਘਰ, ਨਾ ਮੇਰਾ ਬਾਰ, ਆਵੇ ਮੈਂ ਕਿਹੜੇ ਖੂਹ ਸਾਲ ਮਾਰ ਕੇ ਮਰਾਂ ਮੈਂ? ਮੇਰਾ ਅੱਜ ਦੁਨੀਆ 'ਤੇ ਕੋਈ ਨਹੀਂ ਆ, ਮੈਂ ਕਿੱਧਰ ਜਾਵਾਂ, ਮੈਂ ਕਿੱਧਰ ਯਕੀਨ ਤਾਂ ਕਰਨਾ ਪਊਗਾ, ਚੱਲ ਮੇਰੇ ਨਾਲ ਚੱਲ। ਯਕੀਨ ਕਰਨਾ ਨੀ, ਮੈਂ ਕੱਲਾ ਥੋੜੀ ਆ, ਮੇਰਾ ਬਾਪ ਵੀ ਆ, ਮੇਰਾ ਭਾਈ ਵੀ ਆ, ਚੱਲ ਚੱਲੀ ਆਪਾਂ। ਚੁੱਪ ਕਰ, ਚੱਲ ਚੱਲੀਏ, ਚੱਲ ਆ ਜਾ, ਮੈਂ ਲੈ ਕੇ ਚੱਲਦਾ ਆਪਦੇ ਘਰੇ ਤੈਨੂੰ। ਅੱਜ ਤਾਂ ਸਾਲਾ ਕੋਈ ਮੁਰਗਾ ਹੀ ਨੀ ਫਸਿਆ ਹੈ। ਅੰਮ੍ਰਿਤ ਨਹੀਂ ਇਹ, ਤੀਵੀਂ ਲਈ ਜਾਂਦਾ। ਅੱਜ ਤਾਂ ਕਿਸੇ ਦੀ ਤੀਵੀਂ ਹੀ ਠੱਗ ਲਿਆ, ਤਕੜੀਏ ਠੱਗੀ ਮਾਰ ਲਈ ਅੱਜ ਤਾਂ ਇਹਨੇ। ਓਏ ਆਹਾ, ਕੀ ਆਹਾ? ਆਹ ਤੀਵੀਂ ਕਿਹਦੀ ਠੱਗ ਲਿਆ? ਤੈਂ ਕੀ ਲੈਣਾ ਯਾਰ, ਤੂੰ ਕਿਵੇਂ ਉਈ ਬੁੜਬੁੜ ਜੇ ਲਾ ਰੱਖੀ ਤੀ ਨਾਲੇ? ਇਹਨੂੰ ਕਿੱਥੇ ਲੈ ਕੇ ਜਾਏਗਾ? ਉਹ ਇਹ ਤਾਂ ਕਹਿੰਦੀ ਮੇਰਾ ਘਰ ਬਾਰ ਨਹੀਂ ਹੈਗਾ। ਮੈਂ ਚੱਲ ਮੇਰੇ ਨਾਲੇ ਵਗ, ਚੱਲ ਆਪਣਾ ਰੋਟੀ ਰੁਟੀ ਦਾ ਸਰਜਾ ਕਰੂਗਾ। ਤੂੰ ਵਿਆਹ ਕਰਾਏਂਗਾ ਇਹਦੇ ਨਾਲ? ਹੋਰ ਕੀ, ਮੈਂ ਵਿਆਹ ਕਰਾਊਂਗਾ ਇਹਦੇ ਨਾਲ ਤਾਂ। ਉਹ ਨਿਚਲਾ ਬਹਿ ਜਾ ਤੂੰ, ਵੱਡਾ ਕੌਣ ਆ ਪਹਿਲਾਂ ਹੀ ਦੱਸ। ਉਹ ਵੱਡਾ ਤਾਂ ਤੂੰ ਹੀ ਆ, ਹੁਣ ਤੇਰੀ ਉਮਰ ਰਹਿ ਗਈ ਵਿਆਹ ਕਰਾਉਣ ਦੀ। ਮੈਂ ਵਿਆਹ ਕਰਾਊਂਗਾ ਇਹਦੇ ਨਾਲ ਤਾਂ, ਨਿਚਲਾ ਬਹਿ ਜਾ ਤੂੰ, ਤੂੰ ਕਰਾਂ ਹੋ, ਮੈਂ ਵਿਆਹ ਕਰਾਊਂਗਾ ਇਹਦੇ ਨਾਲ ਤਾਂ। ਮੈਂ ਇਹਦੇ ਚੱਲ, ਤੂੰ ਇਸ ਤੇ ਪੁੱਛ, ਮੈਂ ਤਾਂ ਤਾ ਹੁਣੇ ਕਲੇ ਛੇੜ ਲਿਆ। ਕਿਹਦੇ ਨਾਲ ਵਿਆਹ ਕਰਾਏਂਗੀ? ਕਿਉਂਕਿ ਮੈਂ ਆਈ ਆ। ਨੀ ਕਾਹਨੂੰ ਛੇੜ ਲਿਆ ਕਲੇ ਸਾ, ਇਹ ਤਾਂ ਉਹੀ ਬੋਲਦਾ। ਚੱਲ ਇਸ ਤੇ ਪੁੱਛ ਤੂੰ, ਕਿਸ ਤੋਂ ਵਿਆਹ, ਕਿਹਦੇ ਨਾਲ ਵਿਆਹ ਕਰਾਊਗੀ? ਹਾਏ ਬੇਬੇ, ਜਿਹਨੇ ਕਰਾਣਾ ਕਰਾ ਲੈ, ਮੈਂ ਵਿਆਹ ਕਰਾਊਂਗਾ ਇਹਦੇ ਨਾਲ। ਲੈ ਕੇ ਦਮ ਮੈਂ, ਚੱਲ ਲੈ ਕੇ ਆ, ਚੱਲ ਚੱਲ ਨਹੀਂ, ਚੱਲ ਚੱਲ ਚੱਲ, ਤੂੰ ਐਂ ਕਰ ਫਿਰ, ਬਾਪੂ ਨੂੰ ਚੱਲਦੇ, ਬਾਪੂ ਇਹ ਫੈਸਲਾ ਕਰੂਗਾ। ਹਾਏ ਬੇਬੇ, ਚੱਲ ਬਾਪੂ, ਚੱਲ ਆ ਜਾ, ਚੱਲ ਆ ਜਾ, ਵੱਡਾ ਮੈਂ ਆ ਕਿ ਤੂੰ ਆ, ਨਹੀਂ ਆ ਜਾ, ਚੱਲ। ਹਾਏ ਬੇ, ਮੈਂ ਨਹੀਂ ਜਾਂਦੀ ਬੇ, ਲੈ ਕੇ ਉਪਰਾਂ, ਚੱਲ ਆ ਜਾ, ਕੁਛ ਨਹੀਂ। ਹਾਏ ਤੱਕ
ਬਾਪੂ ਫੈਸਲਾ ਕਰੂ ਤੈਨੂੰ ਕਿਹਾ ਤੂੰ ਵੀ ਪਰਾਂ ਰਹਿ ਫਿਰ ਚੱਲ ਤੂੰ ਬਾਪੂ ਤੋਂ ਪੁੱਛ ਜਾਦੇ ਹੱਥ ਜੇ ਨਾ ਲਾ ਦੇ ਓਏ ਆ ਕੀ ਰੌਲਾ ਜਾ ਪਾਉਂਦੇ ਆ ਨੂੰ ਆ ਜਾ ਓ ਆ ਜਾ ਕੀ ਪਿੱਛੇ ਰਹਿਣ ਵਾਲੇ ਓਏ ਕੰਜਰੋ ਗਲੀ ਚ ਤਾਂ ਨਾ ਜਲੂਸ ਕੱਢੋ ਅੰਦਰ ਆ ਕੇ ਪਾਲੋ ਜਿਹੜਾ ਰੌਲਾ ਪਾਣਾ ਕਰਦੇ ਬਾਪੂ ਜਲੂਸ ਓਏ ਆ ਕੀ ਕੁੱਤੀ ਮੀਆਂ ਬਾਪੂ ਆ ਕੀ ਉਹਦੀ ਵੀ ਨਹੀਂ ਠੱਕੇ ਲੈ ਆਇਆ ਸੀ ਅੱਜ ਓਏ ਕੰਜਰੋ ਤੂੰ ਤਾਂ ਮੇਥੋਂ ਵੀ ਵੱਡੀ ਠੱਗੀ ਹੁਣ ਤੂੰ ਫੈਸਲਾ ਕਰ ਕੀ ਫੈਸਲਾ ਨਾ ਲਿਓ ਰੇ ਕੋਈ ਗੱਲ ਨੀ ਵੱਡੇ ਦਾ ਹੱਕ ਬਣਦਾ ਬਾਪੂ ਨੇ ਗੱਲ ਸਹੀ ਕਰੀ ਆ ਮੈਂ ਵੱਡਾ ਨੀ ਹੈਗਾ ਹੁਣ ਬਾਪੂ ਇਹਦੀ ਉਮਰ ਰਹਿ ਗਈ ਕੋਈ ਵਿਆਹ ਕਰਾਉਣ ਦੀ ਉਹ ਕਿਉਂ ਲੜਦੇ ਹੋ ਮੈਂ ਕਰ ਦਿੰਦਾ ਫੈਸਲਾ ਮੰਨ ਲਓਗੇ ਚੱਲ ਕਰ ਮੈਂ ਕਰਾਊਂਗਾ ਕੰਜਰ ਤੂੰ ਤਾਂ ਉਹੀ ਵੱਡਾ ਵੱਡਾ ਕਹੀ ਜਾਣਾ ਵੱਡਾ ਤਾਂ ਮੈਂ ਆ ਤੇਰੀ ਚੌਰਿਆ ਮਾੜੀ ਮੋਟੀ ਸੰਗ ਸਰਮ ਦਾ ਕਰ ਲਾ ਫਿਰ ਹੁਣ ਤੂੰ ਵਿਆਹ ਕਰਾਏਂਗਾ ਇਹਦੇ ਨਾਲ ਸਾਰੀ ਜ਼ਿੰਦਗੀ ਤਾਂ ਤੁਹਾਨੂੰ ਪਾਲਣ ਤੇ ਲਾਤੀ ਹੈ ਹੁਣ ਚੱਲ ਮਾੜਾ ਮੋਟਾ ਲੱਤਾਂ ਦਬਾ ਲੂ ਆ ਕੀ ਉਹ ਹੋ ਜੂਗਾ ਮੈਨੂੰ ਪਤਾ ਦੀ ਚੌਰਿਆ ਤੇਰਾ ਜਿਹੜਾ ਤੂੰ ਰੋਜ਼ ਗਲਪ ਕਰਦਾ ਲੈ ਓਏ ਆ ਵੀ ਤੁਹਾਨੂੰ ਇੰਨੀਆਂ ਠੱਗੀਆਂ ਮਾਰ ਕੇ ਖਵਾਤੀਆਂ ਤੁਹਾਨੂੰ ਪਾੜਤਾ ਓਏ ਆ ਤੁਹਾਡੇ ਆ ਰੜਕ ਦੀਆਂ 10 ਰੁਪਈਆਂ ਦੀ ਡਾਈ ਜੀ ਹਾਏ ਵੇ ਮਨ ਬਣਾ ਲੋ ਜਿਹੜੇ ਰੱਖਣੀਆਂ ਰੱਖ ਲੋ ਲੈ ਹੁਣ ਤਾਂ ਤੁਹਾਡੀ ਮਾਂ ਵੀ ਕਹਿਣ ਲੱਗ ਗਈ ਨਹੀਂ ਤੇਰਾ ਵੀ ਕੋਈ ਦੀਨਮਾਨ ਨਹੀਂ ਲੈ ਹੁਣ ਇਹਨੇ ਤਾਂ ਮਾਂ ਬਣਾਤੀ ਆਪਣੀ ਇਹ ਆਪਾਂ ਨੂੰ ਕਹਿੰਦੀ ਸੀ ਬਾਈ ਜਿਹੜਾ ਮਰਜ਼ੀ ਰੱਖ ਲੋ ਹੁਣ ਬਾਪੂ ਨੂੰ ਵੀ ਕਹਿਣ ਲੱਗ ਰਹੀ ਜਿਹੜਾ ਮਰਜ਼ੀ ਰੱਖ ਲੋ ਲੀਆਂ ਖਾਣੀਆਂ ਨੇ ਪਕਾ ਲੂੰਗੀ ਖਾ ਲੂੰਗੀ ਓਏ ਇਹ ਤਾਂ ਪਹਿਲੀ ਦੁਖੀ ਹੈ ਹੋਰ ਚੱਲ ਚੰਗਾ ਫਿਰ ਹੁਣ ਹੈ ਭੁੱਖ ਲੱਗ ਰਹੀ ਹੈ ਰੋਟੀ ਬਣਾ ਲੂਗੀ ਕਹਦੇ ਇਹਨੂੰ ਰੋਟੀ ਬਣਾ ਲੂਗੀ ਮਾਂ ਕੋਈ ਨਾ ਅਸੀਂ ਦੋਏ ਬਣਾ ਲੈਂਦੇ ਹਾਂ ਰਲ ਮਿਲ ਕੇ ਮੈਂ ਪੇੜੇ ਕਰੂ ਮੈਂ ਬਣਾ ਲੈਣੀ ਆ ਮੈਂ ਤਾਂ ਇਹ ਕਹਿੰਦਾ ਸੀ ਕਾਹਨੂੰ ਇਕੱਲੀ ਔਖੀ ਹੋਵੇਗੀ ਪੇੜੇ ਮੈਂ ਬਣਾ ਦਿੰਦਾ ਕੋਈ ਨਾ ਜੀ ਤੁਸੀਂ ਪਹਿਲਾਂ ਵੀ ਬਣਾਉਂਦੇ ਤੇ ਕੋਈ ਨਾ ਮੈਂ ਆਪੇ ਲਾ ਲੂੰਗੀ ਆਹ ਦੇਖੋ ਤੁਹਾਡੀ ਮਾਂ ਕਿੰਨੀ ਸਿਆਣੀ ਹੈ ਕਹਿੰਦੀ ਆਪੇ ਕਰੂ ਸਾਰਾ ਕੰਮ ਕਰਦਾ ਕਿੱਧਰ ਹੈ ਜੀ ਰਾਸ਼ਨ ਪਾਣੀ ਦਾ ਪ੍ਰੋਗਰਾਮ ਉਧਰ ਰਸੋਈ 'ਚ ਜਾ ਸਾਰਾ ਕੁਝ ਮਿਲੂਗਾ ਠੀਕ ਹੈ ਜੀ ਹਾਂ ਉਰੇ ਬਹਿ ਜਾ ਪੁੱਤ ਹਾਂ ਲੈ ਚੱਲ ਬਾਪੂ ਠੀਕ ਹੈ ਤੇਰਾ ਫੈਸਲਾ ਜਿਵੇਂ ਤੈਂ ਕਰਤਾ ਆਹ ਕਾਰੋਬਾਰ ਆਪਣਾ ਵਧੀਆ ਦੇਖੋ ਆਪਾਂ ਨੂੰ ਵਧੀਆ ਦੋ ਦੋ ਗੁੱਲੀਆਂ ਸਾਰੇ ਨੂੰ ਮਿਲ ਜਾਇਆ ਕਰਨੀ ਹੈ ਹਾਂ ਉਹ ਬਾਪੂ ਪਹਿਲਾਂ ਤਾਂ ਰੋਟੀ ਦੀ ਟੈਨਸ਼ਨ ਰਹਿੰਦੀ ਸੀ ਸਾਰਾ ਦਿਨ ਹਾਂ ਹੁਣ ਰੋਟੀ ਦੀ ਟੈਨਸ਼ਨ ਤਾਂ ਨਹੀਂ ਰਹੀ ਹਾਂ ਰੋਟੀ ਦੀ ਟੈਨਸ਼ਨ ਹੁਣ ਗੋਲ ਰੋਟੀਆਂ ਦਾ ਖਾਵਾਂਗੇ ਨਹੀਂ ਵਿੰਗ ਤੜਿੰਗੀਆਂ ਖਾਂਦੇ ਤੇ ਰੋਜੇ ਮੇਰੇ ਹੱਥ ਮਚਾਰ ਖੇਣੇ ਆ ਤਾਂ ਮੈਂ ਕਾਲਾ ਹੋ ਰਿਹਾ ਚੁੱਲ੍ਹੇ 'ਚ ਹੁੱਕਾ ਮਾਰ ਮਾਰ ਕੇ ਮੈਂ ਤਾਂ ਚੱਲ ਕੋਈ ਨਾ ਪੁੱਤ ਹੁਣ ਸਾਬਣ ਬਦਲ ਆ ਲੈ ਗੋਰਾ ਹੋ ਜੇ ਗੋਰਾ ਹੋ ਕਿਉਂ ਟੈਨਸ਼ਨ ਲਈ ਜਾਂਦਾ ਚੱਲ ਆ ਕਿਵੇਂ ਆਉਂਦੀ ਹੈ ਹੁਣ ਉੱਥੇ ਲੂਣ ਮਿਰਚ ਤਾਂ ਹੈ ਨਹੀਂ ਜੀ ਲੈ ਚਲਾ ਇਹ ਤਾਂ ਸਿਆਣੀ ਹੈ ਬਾਹਰ ਲਾਤਾ ਅਸੀਂ ਤਾਂ ਸਿਆਣੀ ਕੰਮ ਕਰਦੀ ਹੈ ਬਾਹਰ ਲਾ ਓਹੋ ਕੋੜ ਨੇ ਇਹਦੀ ਕਾਹਨੂੰ ਲੋੜ ਹੈ ਹਲੇ ਮੈਨੂੰ ਹਲ ਤਾਂ ਮੇਰੇ ਹੱਡ ਪੈਰ ਚੱਲਦੇ ਨੇ ਹਾਏ ਬੇ ਚੋਰਿਆ ਇੱਦੂ ਬਾਅਦ ਇਹ ਲੋੜ ਪਊਗੀ ਤੈਨੂੰ ਹਾਏ ਮੈਂ ਤੇਰਾ ਮਾੜਾ ਕੀ ਕਰਤਾ ਮੈਨੂੰ ਐਂ ਤਾਂ ਦੱਸ ਦੇ
ਮੈਨੂੰ ਆਏ ਤਾਂ ਦੱਸ ਦੇ ਮੈਂ ਤੇਰਾ ਮਾੜਾ ਕੀ ਕਰਤਾ। ਹਾਏ ਤੋੜਤੀਆਂ ਲੱਤਾਂ, ਹਾਏ ਓਏ ਮੇਰਾ ਰੱਬਾ ਇਹ ਵੀ ਨਹੀਂ ਦੱਸਦੀ ਮੈਂ ਤੇਰਾ ਮਾੜਾ ਕੀ ਕਰਤਾ। ਓਹੋ ਫਿਰ ਵਿਆਹ ਕਰਾਉਣਾ ਕਿੱਡਾ ਕਿੰਨਾ ਖਤਰਨਾ ਹੋ ਗਿਆ। ਹਾਏ ਓਏ ਲੱਤੀ ਲੱਤਾਂ ਕੁੱਟਦੀਆਂ ਓਏ, ਹਾਏ ਓਏ ਹਾਏ ਓਏ ਹਾਏ 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 ਓਏ ਹਾਏ ਓਏ ਹਾਏ ਹਾਲਤ ਤਾਂ ਚੱਕੀ ਏ ਨਹੀਂ ਜਾਂਦੀ। ਹਾਏ ਓਏ ਹਾਏ ਓਏ ਮੇਰੇ ਸਾਲੀ ਦੀ ਨੇ ਐਂ ਵੀ ਨਹੀਂ ਦੱਸਿਆ ਵੀ ਤੇਰਾ ਕੀ ਮਾੜਾ ਕਰਤਾ ਮੈਂ। ਹਾਏ ਓਏ ਓਏ ਲੱਤੀ ਲੱਤਾਂ ਕੁੱਟ ਗਈ ਨਾ ਮਗਰ ਜਾਣ ਜੋਗਰਾ। ਹਾਏ ਹਾਏ ਹਾਲਤ ਤਾਂ ਹਿਲਦੀ ਵੀ ਨਹੀਂ ਓਏ ਹਾਏ ਹਾਏ। ਓਏ ਬਾਪੂ ਹਾਏ ਹਾਏ ਕਿੱਥੋਂ ਲੱਗ ਰਿਹਾ ਕਰਨੀ। ਹਾਏ ਕਾਹਨੂੰ ਬੈਠਿਆ ਚੰਗਾ ਭਲਾ ਲੱਤੀ ਲੱਤਾਂ ਕੁੱਟ ਗਈ ਤੁਹਾਡੀ ਮਾਂ। ਲੱਤਾਂ ਕੁੱਟ ਗਈ? ਹਾਂ ਦੇਖਾ ਬਾਪੂ ਕੁੱਟ ਗਈ ਹੱਥ ਨਾ ਲਾ। ਇਹ ਤਾਂ ਉੱਤੋਂ ਦੇਖਣ ਨੂੰ ਲੱਗਦਾ ਅੰਦਰੋਂ ਤਾਂ ਮੈਨੂੰ ਹੱਡੀਆਂ ਤੋੜਤੀਆਂ। ਆਹ ਪਈ ਹੈ ਮੇਰੇ ਸਾਲੇ ਦੀ ਡਾਂਗ। ਲੱਤਾਂ ਕਦ ਕੁੱਟ ਗਈ ਤੇਰੀਆਂ? ਓਏ ਮੈਂ ਤਾਂ ਆਪ ਪੁੱਛਿਆ ਸੀ ਵੀ ਮੈਂ ਐਡਾ ਕੀ ਗੁਨਾਹ ਕਰਤਾ। ਕਾਹਨੂੰ ਬਾਈ ਇਹ ਚੌਰਾ ਕੋਈ ਨਾ ਕੋਈ ਬੈਠ ਤੇ ਜ਼ਰੂਰ ਕਰੀ ਹੋਣੀ ਇਹਨੇ। ਕਰੀ ਹੋਣੀ ਕੋਈ ਨਾ ਕੋਈ ਛੇੜਖਾਨੀ। ਓਏ ਕਾਹਨੂੰ ਕੰਜਰੋ ਮੈਂ ਤਾਂ ਮੰਜੇ ਤੇ ਪਿਆ ਸੀ। ਹਾਏ ਓਏ ਹਾਏ ਖਾਧੀਆਂ ਨਹੀਂ ਗਈਆਂ ਰੋਟੀਆਂ। ਨਾਲੇ ਬਾਈ ਐ ਕੌਣ ਕੁੱਟਦਾ ਬਿਨਾਂ ਕਸੂਰ ਤੋਂ ਕਿਸੇ ਨੂੰ। ਹਾਏ ਹਾਏ ਓਏ ਮੇਰੇ ਰੱਬਾ ਹੁਣ ਤੁਹਾਨੂੰ ਕਿਵੇਂ ਯਕੀਨ ਦਵਾਂ ਫਿਰ ਆ ਬਣਾਉਣੀਆਂ ਪੈਣਗੀਆਂ ਰੋਟੀਆਂ। ਸੁਣ ਤਾਂ ਲੈ ਇਧਰੋਂ ਆਈ ਆ ਬਾਹਰ ਲਾਏ ਮਾਂ ਲੈ ਚਾਰਾ ਆਹ ਤਾਂ ਕੁੱਤੇ ਵੇਲੇ ਤੋਂ ਵਧੀਆ ਕਰਿਆ ਚੰਗਾ ਕੰਮ ਕਰਦੀ ਆ ਬਾਹਰ ਲਾਈ। ਫਿਰ ਇੱਧਰ ਗਈ ਇੱਧਰੋਂ ਸੋਟੀ ਚੱਕ ਲਈ। ਉਹ ਮੈਂ ਆਖਿਆ ਮੇਰੇ ਹੱਡ ਪੈਰ ਚੱਲਦੇ ਨੇ ਮੈਨੂੰ ਕੀ ਲੋੜ ਹੈ ਸੋਟੀ ਦੀ। ਹਾਏ ਓਏ ਪਤਾ ਕੀ ਕਹਿੰਦੀ? ਕਹਿੰਦੀ ਇੱਦੂ ਬਾਅਦ ਪਊਗੀ ਤੈਨੂੰ ਲੋੜ ਸੋਟੀ ਦੀ। ਹਾਏ ਓਏ ਮੇਰੇ ਹੱਥ ਨੇ ਜ਼ਰੂਰ ਕੋਈ ਬੈਠ ਕਰੀ ਆ। ਹਾਂ ਜ਼ਰੂਰ ਕਰੀ ਆ ਕੋਈ ਬੈਠ ਤਾਂ ਕਾਹਨੂੰ ਹੱਟਦੇ ਕੋਈ ਕਿਸੇ ਨੂੰ ਕੌਣ ਕੁੱਟਦੂਗਾ। ਓਏ ਕੰਜਰੋ ਯਕੀਨ ਕਰ ਲਓ ਤੁਹਾਡਾ ਬਾਪ ਆ। ਓ ਜਾਣਦੇ ਆ ਬਾਪੂ ਤੇਰੇ ਯਕੀਨ ਨੂੰ ਅਸੀਂ। ਓਏ ਝੂਠ ਥੋੜੀ ਮਾਰਦਾ ਝੂਠ ਥੋੜੀ ਮਾਰ। ਫਿਰ ਵਿਆਹ ਕਰਾਂਦਾ ਚਾਹ ਤੈਨੂੰ ਨਹੀਂ ਚੜ ਰਿਹਾ ਦੀ। ਹਾਏ ਹਾਏ ਓਏ ਲੈ ਬਣਾ ਫਿਰ ਰੋਟੀ ਬਣਾ ਲੈ ਹੁਣ ਤਾਂ ਆਪੇ ਬਣਾਉਣੀ ਪਊਗੀ ਬਣਾ। ਹਾਏ ਓਏ ਨਾਲੇ ਉਹਨੂੰ ਭਾਲ ਲਓ ਤੁਹਾਡੀ ਮਾਂ ਨੂੰ ਹੀ ਗੁੱਸਾ ਗਿੱਲਾ ਕਰ ਗਈ ਹੁਣੀ ਕਿਸੇ ਗੱਲ ਦਾ ਮਾੜਾ ਮੋਟਾ। ਅਸੀਂ ਨਹੀਂ ਭਾਲਦੇ ਭਾਲ ਲਿਆ ਤਾਂ ਜਾ ਵਿਆਹ ਤਾਂ ਤੈ ਕਰਾਇਆ ਦੀ ਤੈ ਕਰਾਇਆ ਭਾਲੀਏ ਅਸੀਂ ਅਸੀਂ ਤਾਂ ਵਧੀਆ ਰੋਟੀਆਂ ਪਕਾ ਕੇ ਖਾਂਦੇ ਆ ਢਿੱਡ ਚ ਚੂਹੇ ਹੁਣ ਤੂੰ ਰੋਟੀ ਖਾਏਗਾ? ਓ ਕੰਜਰੋ ਟੋਲ ਲਿਆ ਤੁਹਾਡੀ ਮਾਂ ਨੂੰ ਮਾੜਾ ਮੋਟਾ ਹੋ ਗਿਆ ਹੁਣ ਕੋਈ ਗੁੱਸਾ ਗਿੱਲਾ। ਓਏ ਅਸੀਂ ਨਹੀਂ ਲੈਣੇ ਟੋਲ ਕੇ ਬਾਪੂ ਅਸੀਂ ਤਾਂ ਰੋਟੀਆਂ ਪਕਾਉਂਦੇ ਆ ਆਪਦੇ ਖਾਂਦੇ ਆ। ਆਪੇ ਵਗ ਜਾ ਆਹੋ ਟੋਲ ਲਿਆ ਤੂੰ ਰੋਟੀ ਖਾਏਗਾ ਹੁਣ? ਓ ਰੋਟੀ ਤਾਂ ਖਾਊਂਗੀ ਜਾਂ ਡਾਂਗਾ ਖਾ ਲੀਆਂ ਬਣਾ ਲਓ ਡਾਂਗਾ ਖਾ ਲੀਆਂ। ਓਏ ਹਲੇ ਕਸਰ ਹੈ ਉਹ ਚੱਲ ਬਾਈ ਕਿਉਂ ਪਕਾਈ ਮਾਰਦੇ ਨਾ ਚੱਲ। ਹਾਏ ਇਹ ਤਾਂ ਭਰੀ ਹੁਣੀ ਛੇੜ ਖਾਂਦੀ ਸਮਝ ਨਹੀਂ ਆਈ ਨਾਲੇ ਤਾਂ ਡਾਂਗਾ ਮਾਰ ਗਈ ਐਡਾ ਪਤਾ ਨਹੀਂ ਕੀ ਗੁੱਸਾ ਹੋ ਗਿਆ ਨਾਲੇ ਘਰ ਛੱਡ ਕੇ ਬਾਗੀ। ਓਹੋ ਹਾਏ ਹਾਏ ਦੋ ਡਾਂਗਾ ਹੋਰ ਵੱਧ ਮਾਰ ਲੈਂਦੀ ਜੇ ਕੋਈ ਗੁੱਸਾ ਸੀ ਘਰ ਤਾਂ ਨਾ ਛੱਡ ਕੇ ਜਾਂਦੀ। ਹਾਏ ਆਹ ਤਾਂ ਲੱਤ ਜਮੀ ਨਹੀਂ ਸਰਕਦੀ। ਹਾਏ ਸੱਚੇ ਕਹਿੰਦੀ ਜੀ ਕਹਿੰਦੀ ਤੈਨੂੰ ਹੁਣ ਪਊਗੀ ਡਾਂਗ ਦੀ ਲੋੜ। ਹਾਏ ਹਾਏ ਸਿੰਘੀਆਂ ਲਵਾ ਲਓ ਭਾਈ ਸਿੰਘੀਆਂ। ਗੋਡੇ ਦਾ ਦਰਦ ਮੋਢੇ ਦਾ ਦਰਦ ਇੱਕ ਮਿੰਟ ਚ ਬੰਦ। ਸਿੰਘੀਆਂ ਲਵਾ ਲਓ ਭਾਈ ਸਿੰਘੀਆਂ। ਕੋਈ ਵੀ ਦਰਦ ਹੈ ਇੱਕ ਮਿੰਟ ਚ ਦਰਦ ਬੰਦ। ਸਿੰਘੀਆਂ ਲਵਾ ਲਓ ਭਾਈ ਸਿੰਘੀਆਂ। ਗੋਡੇ ਦਾ ਦਰਦ ਮੋਢੇ ਦਾ ਦਰਦ ਇੱਕ ਮਿੰਟ ਚ ਬੰਦ। ਭਾਈ ਸਿੰਘੀਆਂ ਲਵਾ ਲਓ ਦੇਸੀ ਦਵਾਈ। ਜੀ ਕਰਵਾ ਲੈਣਾ ਸਾਰਾ ਕੰਮ ਖੜੇ ਉਹਦੇ ਬਿਨਾ ਤਾਂ ਹੋਰ ਯਾਰ। ਸਿੰਘੀਆਂ ਲਵਾ ਲਓ ਭਾਈ ਸਿੰਘੀਆਂ। ਰਹਿ ਵਧੀਆ ਦਿੰਦਾ ਵੈਦ ਜੀ। ਹਾਂਜੀ ਇਲਾਜ ਸਾਰੇ ਕਾਸੇ ਦਾ ਕਰ ਲੈਣੇ ਹੋ? ਹਾਂ ਜੀ ਪੱਕਾ ਇਲਾਜ ਗੋਡਿਆਂ ਦਾ ਵੀ ਗੋਡੇ ਦਾ ਮੋਢੇ ਦਾ ਢੂਹੀ ਦਾ ਜੋ ਵੀ ਦਰਦ ਹੈ ਇੱਕ ਮਿੰਟ ਚ ਬੰਦ। ਭਾਈ ਸਿੰਘੀਆਂ ਲਾ ਕੇ ਕਿਵੇਂ ਕਰਨਾ ਫਿਰ? ਲੈ ਚੱਲਦੇ ਹਾਂ ਬਾਪੂ ਦੇ ਲੋਟ ਕਰਾ। ਸਾਡਾ ਬਾਪੂ ਗਿਰ ਗਿਆ ਤਿਲਕ ਕੇ। ਅੱਛਾ ਲੱਤ ਸੱਟ ਵੱਜ ਰਹੀ ਉਹਦੇ ਆ ਜਾ ਦੇਖ। ਕੋਈ ਨਾ ਭਾਈ ਇੱਕ ਮਿੰਟ ਚ ਇਲਾਜ ਕਰ ਦਾਂਗੇ। ਆ ਜਾ ਫਿਰ ਆ ਜਾ ਦੇਸੀ ਦਵਾਈ ਰੱਖਦੇ ਨਾਲ ਇੱਥੋਂ। ਆ ਜਾ ਫਿਰ ਆ ਜਾ ਤੁਰਿਆ ਕਿਰਾ। ਫਰਸ ਤੋਂ ਤਿਲਕ ਕੇ ਡਿੱਗਿਆ। ਅੱਛਾ ਅੱਛਾ ਹਾਂ ਬਸ ਪੁੱਛਣਾ ਦੋ ਗੋਡੇ ਥੱਲੇ ਵੱਜਿਆ
ਦੋਵੇਂ ਲੱਤਾਂ ਹੀ ਨਹੀਂ ਕੰਮ ਕਰਦੇ। ਹੱਥ ਨਾਲ ਇਲਾਜ ਹੋਊਗਾ ਜੇ ਲਾਵਾਂਗੇ ਹੱਥ ਪੱਲਾ ਇੱਥੇ, ਫਿਰ ਹੌਲੀ ਜੇ ਦੇਖ ਲੈ। ਕੋਈ ਨਾ ਕੋਈ ਨਾ, ਹਾਏ ਹਾਏ ਕੋਈ ਨਾ ਬਾਪੂ ਕੋਈ ਨਾ। ਹਾਏ ਭਾਈ ਡਿੱਗਿਆ ਤਾਂ ਕੋਈ ਨੀ ਲੱਗਦਾ, ਮੈਨੂੰ ਤਾਂ ਲੱਗਦਾ ਜਿਵੇਂ ਮੁੰਡਿਆਂ ਨੇ ਸਰਵਿਸ ਕਰੀ ਹੋਵੇ ਦੀ। ਨਾਲੇ ਮੈਂ ਕੁੱਟਦਾ ਨੇ ਨਾਲੇ ਇਲਾਜ ਕਰਾਦਾ ਨੇ। ਗੱਲ ਸੁਣ ਲਓ, ਇਹੋ ਮੁੰਡੇ ਨੀ ਹੈਗੇ ਮੇਰੇ ਕੁੱਟ ਨਾਲੇ। ਕੋਈ ਨਾ ਕੋਈ ਨਾ ਬਾਈ, ਇਲਾਜ ਇਹਦਾ ਹੋ ਜੂਗਾ। ਗੱਲ ਸੁਣ ਲਓ ਮੇਰੀ, ਤੁਸੀਂ ਸੱਟ ਭੰਨਣੀ ਲਿਓ। ਭਾਈ ਆਪਣੇ ਤੁਹਾਡੇ ਟਿੱਬੇ ਹੈਗੇ ਨੇ ਗੇ, ਹਾਂ ਉੱਥੇ ਚੌੜੇ ਜੇ ਪੱਤੇ ਵਾਲੀ ਹੋਊਗੀ, ਉਹਦੇ ਵਿੱਚ ਸੱਤ ਲਕੀਰਾਂ ਹੋਣਗੀਆਂ। ਹਾਂ ਜਾ ਲਿਓ ਭਾਲ ਕੇ, ਇੰਨੇ ਮੈਂ ਕਰਦਾ ਲਾ ਸ਼ੁਰੂ। ਚੰਗਾ ਜੀ, ਲੈ ਅਸੀਂ ਆ ਕੇ ਲੈ ਕੇ ਹੁਣੇ ਮੁੜਿਆ। ਜਾਓ ਜਾਓ ਭਾਈ, ਹਾਂ ਪੁੱਤ ਛੇਤੀ ਆ ਜਿਓ। ਹਾਏ ਹਾਏ, ਕੀ ਹੁੰਦੀ ਹੈ ਸੱਟ ਭੰਨਣੀ? ਕੀ ਹੁੰਦੀ ਹੈ ਦੱਸਦਾ ਮੈਂ ਤੈਨੂੰ ਕੀ ਹੁੰਦੀ ਹੈ, ਮੁੰਡੇ ਜੇ ਟਿਕਾਈ ਤਾਂ ਰੱਖ। ਅੱਛਾ, ਖੜ ਜਾ ਖੜ ਜਾ। ਸੱਟ ਭੰਨਣੀ ਪਲੀ ਛਾਤੀ, ਹਾਏ ਹਾਏ ਹਾਏ, ਮੋਢੇ ਮੋਢਾ ਗੁੱਟੀ ਜਾਂਦਾ, ਕੀ ਮਾੜਾ ਕਰਿਆ ਮੈਂ ਤੇਰਾ? ਮੈਂ ਤੂੰ ਆਈ ਤਾਂ ਦੱਸ ਮੈਂ ਤੇਰਾ ਕੀ ਮਾੜਾ ਕਰਤਾ ਕੰਜਰਾ? ਹਾਏ ਹਾਏ ਨਾ, ਹਾਏ ਹਜੇ ਮੋੜੀ ਨਹੀਂ ਕਰਦੇ। ਹਾਏ ਹਾਏ, ਉੱਠਣ। ਹਾਏ ਹਾਏ, ਆ ਦੇਖ ਓ ਤੂੰ, ਆ ਗਈ ਦਿਮਾਗ 'ਚ ਓਏ, ਆ ਗਈ ਕੰਜਰਾ, ਆ ਬੱਕਰੀ ਲੁੱਟ ਕੇ ਸਾਰਾ ਕੁਛ ਲੈ ਕੇ ਜਾਊ ਤੇਰਾ। ਓਏ ਲੱਤਾਂ ਦਾ ਪਹਿਲੀ ਟੁੱਟੀਆਂ ਪਈਆਂ ਜਾ, ਹਾਏ ਕੰਜਰ ਨੇ ਮੋਢਾ ਵੀ ਤੋੜਤਾ ਓਏ, ਹਾਏ ਓ ਮੁੰਡਿਓ ਆ ਜਾਓ, ਕੱਥੇ ਹੋ ਕੰਜਰੋ, ਹੇ ਕੰਜਰੋ ਸੁਣਦੇ ਹੋ ਆ ਜਾਓ, ਹਾਏ ਕੋਈ ਨਹੀਂ ਸੁਣਦਾ, ਹਾਏ ਓਏ ਆ ਜਾ ਭੱਜ, ਹਾਏ 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 ਓਏ ਉੱਠਿਆ ਵੀ ਨਹੀਂ, ਭੱਜ ਭੱਜ, ਓਏ ਨਾ ਸਾਡਾ ਸਾਰਾ ਕੁਛ ਲੁੱਟ ਕੇ ਲੈ ਜਾ, ਓਏ ਹਾਲੇ ਨਾ ਲਾ, ਓਏ ਨਾ ਜਾ ਓਏ, ਓਏ ਹਾਏ ਓਏ ਹਾਏ ਓਏ, ਸਾਰਾ ਕੁਛ ਲੈ ਗਿਆ ਲੁੱਟ ਕੇ, ਓਏ ਆ ਜਾਓ ਮੁੰਡੇ ਓਏ, ਓਏ ਸਾਰਾ ਕੁਛ ਲੈ ਗਿਆ ਓਏ ਲੁੱਟ ਕੇ, ਹਾਏ 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 ਹਾਏ। ਇਲਾਜ ਹਨਾ ਇਲਾਜ ਵਧੀਆ ਕਰਕੇ ਕਿਉਂ ਬਾਪੂ? ਓਏ ਮੇਰੇ ਸਾਲਿਓ ਕਾਹਨੂੰ ਕਰ ਗਿਆ ਇਲਾਜ ਵਧੀਆ? ਉਹ ਤਾਂ ਤੁਹਾਡੇ ਬਾਪੂ ਨੂੰ ਵਧੀਆ ਕਰ ਗਿਆ। ਤੋੜ ਗਿਆ, ਹਾਏ ਸਾਰਾ ਕੁਛ ਲੈ ਗਿਆ ਨਾਲੇ ਲੁੱਟ ਕੇ, ਮੈਂ ਤਾਂ ਉਹਨੂੰ ਰੋਕਦਾ ਸੀ, ਸਾਰਾ ਕੁਛ ਲੈ ਕੇ ਲੁੱਟ ਕੇ ਆ ਜਾ ਭਾਈ, ਸਾਰੀ ਸਾਰੀ ਕਮਾਈ ਲੈ ਗਿਆ ਲੁੱਟ ਕੇ, ਉਹ ਮੇਰੇ ਸਾਲੇ ਦੇ ਕੰਮ ਲਾਦਾ, ਮੈਨੂੰ ਤਾਂ ਚੱਕ ਲੋ ਕੰਜਰੋ, ਤੁਹਾਡਾ ਬਾਪ ਹਾਏ ਤੁਰਨ ਜੋਗਰਾ ਕਿੱਥੇ ਆ? ਅਜਾ ਦੇਖੀ ਸਮਾਨ ਅੰਦਰ, ਆਪੀ ਤਾਂ ਕੋਈ ਜਾਣੇ ਆਪਣਾ 25 ਪਿੰਡਾਂ ਚ ਨਾਮ ਚੱਲਦੇ ਠੱਗਾਂ, ਆਪਾਂ ਤਾਂ ਉੱਪਰ ਦੀ ਹੋ ਗਿਆ ਉਹ। ਓਏ ਐ ਤਾਂ ਨਹੀਂ ਕਹਿੰਦਾ ਮੈਂ ਖਸਮਾ, ਐ ਕਹਿੰਦਾ ਵੀ ਪੂਰਾ ਦਿਮਾਗ ਲਾਈਓ, ਹਾਂ ਹੁਣ ਐਡਾ ਧੋਖਾ ਦਾ ਕਰ ਗਿਆ, ਦਿਖਾ ਲਾ ਕੇ ਆ ਗਿਆ ਚਿੱਠੀ ਜੀ ਦਾ। ਚੱਲ ਕੋਈ ਨਾ, ਤੂੰ ਕਰ ਰਾਮ ਅਸੀਂ ਆਏ ਦੇਖ ਕੇ ਝੱਟੂ ਦੀ,
ਓਏ ਰਾਮ ਕਿੱਥੇ ਹੈ ਹੁਣ, ਇਕੱਲਾ ਇਕੱਲਾ ਤਾਂ ਹੱਡ ਦੁਖਣ ਲੱਗ ਰਿਹਾ, ਰਾਮ ਕਰ ਲੈ। ਕਹਿੰਦੀ ਹਾਏ ਹਾਏ ਰਾਮ ਦੱਸ ਕਿੱਥੋਂ ਕਰ ਲਾਂ, ਹਾਏ ਕਿਉਂ ਮੁੜਿਆ ਲੈਂਦਾ ਨਹੀਂ ਪੰਗੇ। ਉਹ ਪੰਗੇ ਪੁੰਗੇ ਤਾਂ ਛੱਡ, ਲੈ ਗੱਲ ਸੁਣਾ। ਸੁਣਾ। ਬੁੜੇ ਦਾ ਦਿਮਾਗ ਬਹੁਤ ਹੈ। ਕਿਹੜਾ ਦਿਮਾਗ ਆ ਜਾਣਾ, ਅਗਲੇ ਪਾਰਟ 'ਚ ਦਿਖਾਵਾਂਗੇ ਵੀ ਬੁੜਾ ਕੀ ਕਰ ਸਕਦਾ। ਪਰ ਇਹਦਾ ਮਤਲਬ ਸੋਨੂੰ ਤੁਹਾਡੇ ਬਾਪ ਤੇ ਮਾਣ ਨੀ, ਫੱਟੇ ਚੱਕ ਦੂ ਜਮਾ ਫੱਟੇ। ਹੁਣ ਤੁਸੀਂ ਕੀ ਦੇਖੀ ਜਾਂਦੇ ਹੋ, ਗੱਲਾਂ ਹੀ ਸੁਣੀ ਜਾਂਦੇ ਹੋ। ਲੈ ਕਮੈਂਟ ਸ਼ੇਅਰ ਕਰਨ ਦੀਆਂ ਗਰਦਾਂ ਠਾਲ ਦਿਓ, ਪੂਰਾ ਧਿਆਨ ਨਾਲ ਵੀਡੀਓ ਤੁਸੀਂ ਨੇ ਦੇਖੀ ਹੋਣੀ, ਅੱਗੇ ਦੇਖੀ ਹੋ ਪੂਰੇ ਧਿਆਨ ਨਾਲ ਕੀ ਬਣਦਾ। ਆਏ ਬੁੜਾ ਪਿੰਡ ਦਾ ਨਹੀਂ ਛੱਡਦਾ, ਸੋਨੂੰ ਵੀ ਪਤਾ ਹੈ ਬਦਲਾ ਤਾਂ ਲਵਾਂਗੇ, ਅਗਲੇ ਪਾਰਟ ਚ ਦਿਖਾਵਾਂਗੇ ਤੁਹਾਨੂੰ। ਧੰਨਵਾਦ।